ਕੋਲਕਾਤਾ ਦਾ ਸ਼ਹਿਰ ਮੁੰਬਈ ਅੱਜ ਇੱਕ ਬਿਲਡਿੰਗ ਨੂੰ ਲੱਗੀ ਅੱਗ ਕਾਰਨ ਤਹਿਲ ਉੱਠਿਆ ਮੁੰਬਈ ਦੇ ਲਾਲਬਾਗ ਖੇਤਰ 'ਚ 60 ਮੰਜ਼ਲੀ ਇਮਾਰਤ ਨੂੰ ਦੁਪਹਿਰ ਵੇਲੇ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਹੈ ਕਿ ਇਹ 17ਵੀਂ ਮੰਜ਼ਲ ਤੋਂ 25ਵੀਂ ਮੰਜ਼ਲ ਤੱਕ ਪਹੁੰਚ ਗਈ ਦੂਰ ਤੋਂ ਹੀ ਧੂਏ ਦੇ ਅੰਬਾਰ ਨੂੰ ਸਾਫ਼ ਸਾਫ਼ ਵੇਖਿਆ ਜਾ ਸਕਦਾ ਹੈ ਹਾਸਲ ਜਾਣਕਾਰੀ ਮੁਤਾਬਕ ਕਰੀ ਰੋਡ ਖੇਤਰ ਵਿੱਚ ਸਥਿਤ ਇਮਾਰਤ ਨਿਰਮਾਣ ਅਧੀਨ ਹੈ ਜਾਣਕਾਰੀ ਮੁਤਾਬਕ ਇਸ ਇਮਾਰਤ ਵਿੱਚ ਬਹੁਤ ਸਾਰੇ ਵੱਡੇ ਵਪਾਰੀ ਰਹਿੰਦੇ ਨੇ ਉੱਧਰ ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਨੇ ਬਾਲਕੋਨੀ ਰਾਹੀਂ ਥੱਲੇ ਛਾਲਾ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਵਿੱਚ ਇੱਕ ਆਦਮੀ ਬਾਲਕੋਨੀ ਤੋਂ ਥੱਲੇ ਲਟਕਦਾ ਦਿਖਾਈ ਦੇ ਰਿਹਾ ਹੈ ਅਤੇ ਅਚਾਨਕ ਥੱਲੇ ਡਿੱਗ ਜਾਂਦਾ ਹੈ ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵਿਅਕਤੀ ਮਰ ਗਿਆ ਹੈ ਜਾਂ ਫਿਰ ਅਜੇ ਜਿਉਂਦਾ ਹੈ Thank you.